ਨਵੀਆਂ ਕਲਮਾਂ ਨਵੀਂ ਉਡਾਨ, ਨਵੀਆਂ ਕਲਮਾਂ ਨਵੀਂ ਉਡਾਨ ਦੀ ਹਲਾਸ਼ੇਰੀ ਸਾਨੂੰ ਤੇ ਲਾਹੌਰ ਵੱਲੋਂ ਹੀ ਮਿਲੀ, ਜਿਹਦੇ ਵਿੱਚ ਇੱਕੋ ਹੀ ਨਾਮ, ਜਿਨ੍ਹਾਂ ਨੇ ਆਪਣੇ ਨਾਮ ਦਾ ਹਿੱਸਾ ਹੀ ਪੰਜਾਬੀ ਬਣਾ ਲਿਆ, ਅਤੇ ਉਹ ਪੰਜਾਬੀ ਨਾਲ ਕਿੰਨਾ ਕੁ ਪਿਆਰ ਕਰਦੇ ਹੋਣਗੇ, ਉਹਨਾਂ ਦਾ ਹੜਾ, ਉਹਨਾਂ ਦਾ ਦੁੱਖ, ਉਹਨਾਂ ਦੀਆਂ ਗੱਲਾਂ 'ਚੋਂ ਕੱਢਦੇ ਹਾਂ ਅਸੀਂ। ਅਤੇ ਮੈਂ ਗੁਫ਼ਤਗੂ ਵਾਸਤੇ ਦਾਵਤ ਦਿਆਂਗਾ ਜਨਾਬ ਤਸ਼ਰੀਫ ਲਿਆਉਂਦੇ ਨੇ ਯੂਸੁਫ ਪੰਜਾਬੀ ਜੀ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਜਿੰਨੇ ਵੀ ਸਕੂਲਾਂ ਦੇ ਬੱਚੇ ਹੈ, ਔਰ ਖਾਸ ਕਰਕੇ ਜਿਵੇਂ ਅੱਜ ਪਹਿਲਾ ਸਾਡਾ ਸੈਸ਼ਨ ਨਵੀਆਂ ਕਲਮਾਂ ਨਵੀਂ ਉਡਾਨ ਹੈ, ਔਰ ਕੁਛ ਸਕੂਲਾਂ ਦੇ ਬੱਚੇ ਆ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਸਮੋਕ ਦਾ ਕਰਕੇ ਸਕੂਲਾਂ ਦੀ ਛੁੱਟੀ ਪਹਿਲੇ ਤਾਂ ਉਹਨਾਂ ਨੇ 22 ਤੱਕ ਕੀਤੀ ਹੋਈ ਸੀ, ਲੇਕਿਨ ਕੱਲ੍ਹ ਨੋਟੀਫਿਕੇਸ਼ਨ ਹੋਇਆ ਜਿਹੜੀ ਛੁੱਟੀ ਉਹਨਾਂ ਨੇ ਖਤਮ ਕੀਤੀ, ਅਤੇ ਉਹਦੀ ਵਜ੍ਹਾ ਨਾਲ ਕੁਛ ਸਕੂਲ ਬੰਦ ਵੀ ਨੇ। ਸੋ ਜਨਾਬ ਪ੍ਰੋਫੈਸਰ ਰਿਆਸ ਮਨੀਤ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਸਾਇਆ ਸਾਡੇ ਸਿਰ 'ਤੇ ਸਲਾਮਤ ਰਹੇ, ਤੁਹਾਡੇ ਵਰਗੇ ਵੱਡੇ ਬੰਦੇ ਸਾਡੇ ਵਾਸਤੇ ਇੱਕ ਉਤਸ਼ਾਹ ਨੇ, ਹਿੰਮਤ ਨੇ। ਦੁਨੀਆ ਦੇ ਵਿੱਚ ਪੰਜਾਬੀ ਦੀ ਆਵਾਜ਼, ਪੰਜਾਬ ਦੀ ਆਵਾਜ਼ ਔਰ ਪੰਜਾਬੀ ਜ਼ੁਬਾਨ ਦਾ ਮਾਣ ਤਰਾਣ ਜਨਾਬ ਬਾਬਾ ਲਛਮੀ ਜੀ, ਤੁਹਾਡੀ ਬਹੁਤ ਮੁਹੱਬਤ, ਬਹੁਤ ਪਿਆਰ ਕਿ ਤੁਸੀਂ ਇਹਨਾਂ ਕੀਮਤੀ ਵੇਲਾ ਕੱਢਿਆ, ਔਰ ਖਾਸ ਕਰਕੇ ਤੁਹਾਡੇ ਆਉਣ ਨਾਲ, ਤੁਹਾਡੇ ਇੱਥੇ ਮੌਜੂਦਗੀ ਦੇ ਨਾਲ ਸਾਡੇ ਵਿੱਚ ਇੱਕ ਬਹੁਤ ਹੌਸਲਾ ਔਰ ਹਿੰਮਤ ਪੈਦਾ ਹੁੰਦੀ ਹੈ। ਜਨਾਬ ਏਚ ਆਤਮ ਸਾਹਿਬ, ਨਵੀਆਂ ਕਲਮਾਂ ਨਵੀਂ ਉਡਾਨ, ਇਹਨਾਂ ਦੇ ਪਰਾਂ ਤੋਂ ਬਗੈਰ ਉਡਾਨ ਨਹੀਂ ਸੀ ਭਰੀ ਜਾ ਸਕਦੀ। ਡਾਕਟਰ ਮੁਜੀਬੁਰ ਰਹਿਮਾਨ ਸਾਹਿਲ ਸਾਹਿਬ, ਬੁਰਹਾਨ ਖਾਕੀ ਸਾਹਿਬ, ਜਵੇਦ ਸਾਹਿਬ ਸਾਹਿਬ, ਨੁਮਾਨ ਸੰਧੂ ਸਾਹਿਬ, ਔਰ ਅਗਰ ਮੈਂ ਕਿਸੇ ਦਾ ਨਾਂ ਨਹੀਂ ਲੈ ਸਕਿਆ, ਮੈਂ ਮਾਜ਼ਰਤ ਚਾਹੁੰਦਾ, ਸੋਰੀ, ਸਲਮਾਨ ਯਾਸਿਨ ਸਾਹਿਬ, ਬਹੁਤ ਮੁਹੱਬਤ ਇਹਨਾਂ ਦਾ, ਬਹੁਤ ਮੁਹੱਬਤ ਔਰ ਇਹਨਾਂ ਦੀ ਹਿੰਮਤ ਜਿਹੜੀ ਹੈ ਉਹਦੀ ਮੈਂ ਤੁਹਾਡੇ ਕੋਲੋਂ ਵੇਲੇ ਸਿਰ ਗੱਲਬਾਤ ਸੁਣਦਾ ਰਹਿੰਦਾ। ਮੋਹਤਰਮ ਸ਼ਾਹਿਦ ਸਾਹਿਬ, ਜਿਨ੍ਹਾਂ ਕਰਕੇ ਅਸੀਂ ਅੱਜ ਇਸ ਹਾਲ ਵਿੱਚ ਮੌਜੂਦ ਹਾਂ, ਔਰ ਇੰਨਾ ਖੂਬਸੂਰਤ ਲੈਲਪੁਰ ਵਿੱਚ ਹਾਲ ਬਣਿਆ ਹੋਇਆ, ਔਰ ਕਿਆ ਖੂਬਸੂਰਤ ਹਾਲ ਵੀ ਹੈ ਔਰ ਗੈਦਰਿੰਗ ਵੀ ਹੈ। ਮੈਨੂੰ ਬਹੁਤ ਚਾਅ ਚੜਿਆ ਬੱਚਿਆਂ ਕੋਲੋਂ ਪੰਜਾਬੀ ਦੀ ਆਵਾਜ਼, ਉਹਨਾਂ ਦੇ ਅੰਦਰੋਂ ਜਿਹੜੀ ਉਹਨਾਂ ਦੀ ਮਾਂ ਬੋਲੀ ਦੀ ਆਵਾਜ਼ ਹੈ, ਇਸ ਧਰਤੀ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਉਸ ਜ਼ੁਬਾਨ ਵਿੱਚੋਂ। ਸੋ ਮੈਂ ਮੁਖਤਸਰ ਜਿਹਾ ਜਨਾਬ ਮੁਹਤਰਮ ਸੁੱਖੀ ਬਾਠ ਸਾਹਿਬ ਹੋਰਾਂ ਦਾ ਤਾਰਫ ਕਰਾਵਾਂਗਾ, ਜੋ ਕਿ ਇੱਕ ਐਸੇ ਇਨਸਾਨ ਜਿਨ੍ਹਾਂ ਨੂੰ ਅਸੀਂ ਅਗਰ ਕਿਸੇ ਚੀਜ਼ ਦੀ ਅਸੀਂ ਤਸ਼ੀਹ ਕਰਦੇ ਹਾਂ, ਔਰ ਜਿਵੇਂ ਅਸੀਂ ਕਹਿੰਦੇ ਖੁਸ਼ਬੂ ਅਤੇ ਫੁੱਲ ਦਾ ਜ਼ਿਕਰ ਹੁੰਦਾ ਹੈ, ਇਸੇ ਤਰ੍ਹਾਂ ਅਗਰ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ ਜਿਹੜੀ ਕਿ ਰੂਹ ਨਾਲ ਤਾਲੁਕ ਰੱਖਦੀ ਹੋਵੇ, ਅਤੇ ਉਹ ਨਾਂ ਹੈ ਜਨਾਬ ਸੁੱਖੀ ਬਾਠ ਸਾਹਿਬ ਦਾ। ਸੁੱਖੀ ਬਾਠ ਸਾਹਿਬ ਕੈਨੇਡਾ ਬਹੁਤ ਚਿਰ ਤੋਂ ਵੱਸ ਰਹੇ ਨੇ, ਲੇਕਿਨ ਕਿੰਨੇ ਕੁ ਲੋਕ ਨੇ ਜੋ ਦੁਨੀਆ ਵਿੱਚ ਜਾਂਦੇ ਨੇ ਆਪਣੀ ਮਿੱਟੀ ਨੂੰ, ਆਪਣੀ ਧਰਤੀ ਨੂੰ, ਆਪਣੀ ਮਾਂ ਨੂੰ ਯਾਦ ਰੱਖਦੇ ਨੇ, ਉਹਨਾਂ ਵਿੱਚੋਂ ਅਸੀਂ ਉਂਗਲਾਂ 'ਤੇ ਗਿਣ ਸਕਦੇ ਹਾਂ ਲੋਕ। ਜਿਵੇਂ ਪੂਰੀ ਦੁਨੀਆ 'ਚ ਇੱਕ ਤਾਰੀਖ ਬਣੀ ਔਰ ਬਣ ਰਹੀ ਹੈ, ਉਹਨਾਂ ਵਿੱਚ ਵੀ ਕੁਝ ਲੋਕ ਹੁੰਦੇ ਨੇ, ਸਾਰੇ ਨਹੀਂ ਹੁੰਦੇ, ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਤਾਰੀਖ ਬਣਾਉਂਦੇ ਨੇ ਔਰ ਤਾਰੀਖ ਦਾ ਹਿੱਸਾ ਬਣਦੇ ਨੇ, ਜੋ ਇੱਕ ਨਵਾਂ ਇਤਿਹਾਸ ਲਿਖਦੇ ਨੇ। ਸੁੱਖੀ ਬਾਠ ਸਾਹਿਬ ਨੇ ਪੰਜਾਬ ਭਵਨ ਕੈਨੇਡਾ ਵਿੱਚ ਵਕਫ ਕੀਤਾ ਹੋਇਆ ਸਿਰਫ ਔਰ ਸਿਰਫ ਪੰਜਾਬੀ ਜ਼ੁਬਾਨ ਔਰ ਪੰਜਾਬੀਅਤ ਦੀ ਪ੍ਰਮੋਸ਼ਨ ਵਾਸਤੇ। ਜਿਹੜਾ ਇਹਨਾਂ ਨੇ
ਜਿਹੜਾ ਇਹਨਾਂ ਨੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਸ਼ੁਰੂ ਕੀਤਾ, ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ 'ਤੇ ਇਹ ਪ੍ਰੋਜੈਕਟ ਹੁੰਦੇ ਨੇ ਗੌਰਮੈਂਟਾਂ ਦੇ, ਸਰਕਾਰਾਂ ਦੇ, ਕਿ ਇਹਨਾਂ ਚੀਜ਼ਾਂ ਨੂੰ ਅੱਗੇ ਲਿਆਉਣਾ ਔਰ ਆਪਣੀ ਜ਼ਮੀਨ ਨਾਲ, ਆਪਣੀ ਜ਼ੁਬਾਨ ਨਾਲ, ਆਪਣੀ ਪਛਾਣ ਦੇ ਨਾਲ ਬੱਚਿਆਂ ਨੂੰ ਮੁਤਾਰਫ ਕਰਵਾਉਣਾ। ਜਦੋਂ ਸਾਡੀ ਜੜ ਹੀ ਪੋਲੀ ਹੋਏਗੀ ਔਰ ਬਜਾਏ ਰੁੱਖ ਲਾਉਣ ਦੇ, ਬਜਾਏ ਬੋਰਡ ਲਾਉਣ ਦੇ, ਅਸੀਂ ਮਨੀ ਪਲਾਂਟ ਲਾਵਾਂਗੇ। ਮਨੀ ਪਲਾਂਟ 'ਤੇ ਉਹਦੀ ਕੀ ਉਮਰ ਹੋ ਸਕਦੀ ਹੈ? ਰੁੱਖ ਦੀ ਉਮਰ ਹੁੰਦੀ ਹੈ। ਰੁੱਖ ਛਾਂ ਦਿੰਦਾ, ਬੋਰਡ ਛਾਂ ਦਿੰਦਾ, ਬੋਰਡ ਦੇ ਥੱਲੇ ਬਹਿ ਕੇ ਲੋਕ ਸਕੂਨ ਮਹਿਸੂਸ ਕਰਦੇ ਨੇ ਔਰ ਬੋਰਡ ਉਹ ਹੁੰਦਾ ਜਿਹਦੀਆਂ ਜੜ੍ਹਾਂ ਜ਼ਮੀਨ 'ਚ ਹੁੰਦੀਆਂ ਨੇ। ਸਾਡੇ ਦੇਸੀ ਰੁੱਖ ਜਿੰਨੇ ਵੀ ਨੇ ਉਹ ਛਾਂ ਵਾਲੇ ਹੋਣ, ਹਲ ਵਾਲੇ ਹੋਣ, ਫੁੱਲਾਂ ਵਾਲੇ ਹੋਣ, ਉਹਨਾਂ ਦਾ ਬਦਲ ਕੋਈ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕੁਛ ਲੋਕ ਹੁੰਦੇ ਨੇ ਜਿਨ੍ਹਾਂ 'ਤੇ, ਜਿਨ੍ਹਾਂ ਨੂੰ ਕੁਦਰਤ ਚੁਣ ਲੈਂਦੀ ਹੈ, ਉਹ ਕੁਦਰਤ ਦੇ ਚੁਣੇ ਹੋਏ ਲੋਕ ਹੁੰਦੇ ਨੇ ਜਿਨ੍ਹਾਂ ਕੋਲੋਂ ਕੰਮ ਲਿਆ ਜਾਂਦਾ। ਹਜ਼ਾਰਾਂ ਲੋਕ ਨੇ। ਅਸੀਂ ਜਿਵੇਂ ਕਹਿੰਦੇ ਹਾਂ ਕਿ ਇੱਕ ਮਟੀਰੀਅਲ ਹੈ, ਉਹਦੇ ਨਾਲ ਇੱਕ ਬਿਲਡਿੰਗ ਵਾਲੀ ਸ਼ਾਨ ਬਿਲਡਿੰਗ ਬਣਦੀ ਹੈ। ਉਸ ਬਿਲਡਿੰਗ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ। ਅੱਜ ਅਸੀਂ ਵੇਖਦੇ ਹਾਂ ਕੁਛ ਕਲੇ ਨੇ, ਕੁਛ ਮਸਜਿਦਾਂ ਨੇ, ਕੁਛ ਇਮਾਰਤਾਂ ਨੇ, ਕੁਛ ਉਹ ਕੁਛ ਮਿਊਜ਼ੀਅਮਸ ਨੇ, ਅੱਜ ਵੀ ਆਪਣੇ ਵੇਲੇ ਦੀ ਉਹ ਨਿਸ਼ਾਨੀ ਨੇ ਔਰ ਅਸੀਂ ਵੇਖ ਕੇ ਉਹਨਾਂ ਨੂੰ ਅੰਦਾਜ਼ਾ ਲਾ ਸਕਦੇ ਹਾਂ ਕਿ ਉਸ ਵੇਲੇ ਦੇ ਜਿਹੜੇ ਹੁਕਮਰਾਨ ਸਨ, ਕੰਮ ਕਰਨ ਵਾਲੇ ਸਨ, ਉਹਨਾਂ ਦੀ ਪੋਲਿਸੀਜ਼ ਕੀ ਸਨ। ਇਸੇ ਤਰ੍ਹਾਂ ਇੱਕ ਮਟੀਰੀਅਲ, ਰੋ ਮਟੀਰੀਅਲ ਆਉਂਦਾ, ਸੀਮੈਂਟ ਆਇਆ, ਬਜਰੀ ਆਈ ਹੈ, ਗੋਦਾਮ 'ਚ ਹੈ, ਨਾ ਉਹ ਕਿਸੇ ਇਮਾਰਤ 'ਚ ਲੱਗੀ ਹੈ, ਨਾ ਕਿਸੇ ਕੰਮ ਆਈ ਹੈ, ਉਹ ਜਿਵੇਂ ਆਈ ਸੀ ਉਵੇਂ ਹੀ ਵਾਪਸ ਚਲੀ ਗਈ ਹੈ। ਇਹ ਜਿਹੜੇ ਬਹੁਤ ਜ਼ਿਆਦਾ ਲੋਕ ਨੇ ਉਹਨਾਂ ਵਿੱਚ ਅਕਸਰੀਅਤ ਇੰਜੀ ਹੁੰਦੀ ਹੈ, ਉਹ ਆਉਂਦੇ ਨੇ ਅਤੇ ਚਲੇ ਜਾਂਦੇ ਨੇ, ਕਿਸੇ ਨੂੰ ਨਹੀਂ ਪਤਾ ਹੁੰਦਾ। ਲੇਕਿਨ ਜਿਨ੍ਹਾਂ ਨੂੰ ਕੁਦਰਤ ਚੁਣਦੀ ਹੈ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਕੁਦਰਤ ਦਾ ਕਰਮ ਕੀ ਹੈ? ਉਹਨਾਂ ਕੋਲੋਂ ਕੰਮ ਲੈ ਲਿਆ, ਉਹਨਾਂ ਵਿੱਚ ਇੱਕ ਜਜ਼ਬਾ ਪਾਇਆ, ਲੇਕਿਨ ਕੁਦਰਤ ਨੇ ਉਹਨਾਂ ਨੂੰ ਅੰਮ੍ਰਿਤ ਦਾਨ ਕੀਤਾ ਜੋ ਕਿ ਉਹਨਾਂ ਨੇ ਪੀ ਲਿਆ ਔਰ ਸਾਰੀ ਜ਼ਿੰਦਗੀ ਮਰ ਨਹੀਂ ਸਕਦੇ। ਇਹ ਮੌਜੂਦੀ ਜ਼ਿੰਦਗੀ ਤਾਂ ਆਮ ਹੈ ਨਾ, ਅਸੀਂ ਆਏ ਤੁਰ ਜਾਣਾ, ਲੇਕਿਨ ਅਸੀਂ ਕਰਨ ਕੀ ਆਏ ਹਾਂ, ਕਰ ਕੇ ਕੀ ਗਏ ਹਾਂ, ਸਾਡੀਆਂ ਜ਼ਿੰਮੇਵਾਰੀਆਂ ਕੀ ਨੇ? ਸੁੱਖੀਵਾਲ ਸਾਹਿਬ 'ਤੇ ਉਹ ਕੁਦਰਤ ਦਾ ਕਰਮ ਹੈ ਜਿਨ੍ਹਾਂ ਨੂੰ ਉਹਨਾਂ ਨੇ ਇਸ ਕੰਮ ਵਾਸਤੇ ਚੁਣਿਆ। ਸੋ ਉਹਨਾਂ ਨੇ ਨਵੀਆਂ ਕਲਮਾਂ, ਨਵੀਂ ਉਡਾਨ, ਬੱਚਿਆਂ ਵਾਸਤੇ ਇਹ ਪ੍ਰੋਜੈਕਟ ਸੋਚਿਆ। ਜਦੋਂ ਜਿਵੇਂ ਤੁਸੀਂ ਵੀ ਸਕੂਲਾਂ 'ਚ ਵਿਜ਼ਿਟ ਕੀਤਾ, ਮੈਂ ਵੀ ਸਕੂਲਾਂ 'ਚ ਵਿਜ਼ਿਟ ਕੀਤਾ, ਤਾਂ ਯਕੀਨ ਕਰੋ ਕਿ ਬੱਚਿਆਂ ਦੇ, ਜਿਵੇਂ ਬਾਬਾ ਜੀ ਦਾ ਸ਼ੇਰ ਹੈਗਾ ਨਾ ਕਿ ਜਿੰਨੀ ਮਰਜ਼ੀ ਤਿੱਖੀ ਬੋਲੇ ਉਰਦੂ ਬਾਅਦ ਪੰਜਾਬੀ ਦਾ ਤੋੜਾ ਨਾ, ਲੁਕਾ ਨਹੀਂ ਸਕਦੇ ਸ਼ੀਸ਼ੇ ਦੇ ਲਿਸ਼ਕਾਰੇ ਨੂੰ, ਜਿੰਨੀ ਮਰਜ਼ੀ ਤਿੱਖੀ ਬੋਲੇ ਉਰਦੂ ਬਾਅਦ ਪੰਜਾਬੀ ਦਾ, ਅੰਦਰ ਜਿਹੜਾ ਤੁਹਾਡਾ ਖਮੀਰ ਹੁੰਦਾ ਉਹ ਕਦੀ ਉਹਨੂੰ ਸਿਰਫ ਥੋੜ੍ਹਾ ਜਿਹਾ ਪੋਲਿਸ਼ ਕਰਨ ਦੀ ਜ਼ਰੂਰਤ ਹੁੰਦੀ ਹੈ, ਉਹਨੂੰ ਦੱਸਣ ਦੀ ਲੋੜ ਹੁੰਦੀ ਹੈ, ਉਹ ਤੁਹਾਡੇ ਸਾਹਮਣੇ ਨੁਮਾਇਆ ਹੋ ਜਾਂਦਾ। ਇਸੇ ਤਰ੍ਹਾਂ ਕਿ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਿਓ ਟੁਰੇ ਅਤੇ ਸਹੀ ਪੈਰਾਂ ਹੇਠ ਸਿਆਲਾਂ ਦਾ ਝਾਂਕ ਆਉਂਦਾ। ਸੋ ਇਹ ਰਾਂਝਿਆਂ ਨੂੰ ਕਦਮ ਪੁੱਟਣ ਦੀ ਲੋੜ ਹੈ ਆਪਣੀ ਮੰਜ਼ਿਲ ਵੱਲ। ਸੋ ਉਡਾਨ ਜਦੋਂ ਭਰਦੇ ਨੇ, ਖਾਸ ਕਰਕੇ ਸਾਡਾ ਮੁਸਤਕਬਿਲ ਇਹ ਬੱਚੇ ਨੇ, ਅਸੀਂ ਆਏ ਹਾਂ, ਜੋ ਕੀਤਾ ਹੈ, ਜਿਵੇਂ ਦਾ ਕੀਤਾ ਹੈ, ਠੀਕ ਹੈ, ਪਰ ਇਹ ਵੇ ਕਿ ਕਿਸ ਬੰਦੇ ਨੇ ਆਪਣੇ ਹਿੱਸੇ ਦਾ ਦੀਵਾ ਬਾਲਿਆ,
ਜ਼ਿੰਮੇਵਾਰੀ ਤੇ ਇਹ ਹੁੰਦੀ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਸਪੋਰਟ ਘੱਟ ਹੈ ਤੁਹਾਡੇ ਸੋਰਸਿਸ ਘੱਟ ਨੇ ਤੇ ਤੁਹਾਨੂੰ ਕਿਵੇਂ ਰੋਕਿਆ ਕਿ ਤੁਸੀਂ ਆਪਣੇ ਸੋਰਸਿਸ ਵਿੱਚ ਰਹਿ ਕੇ ਕੰਮ ਨਾ ਕਰੋ ਤੁਸੀਂ ਜਿੰਨੀ ਜੋਗੇ ਹੈ ਉਹਨਾਂ ਵੀ ਕੰਮ ਕਰ ਸਕਦੇ ਹੋ ਨਾ ਅਸਲ ਵਿੱਚ ਇਹ ਸੋਚ ਹੁੰਦੀ ਹੈ ਕਿ ਤੁਸੀਂ ਜਿੰਨੀ ਜੋਗੇ ਹੈ ਉਹ ਆਪਣਾ ਕੰਮ ਕਰ ਜਾਓ ਬਜਾਏ ਕਿ ਅਸੀਂ ਹਨੇਰੇ ਦਾ ਰੋਣਾ ਰੋਣ 'ਤੇ ਰੌਲਾ ਪਾਉਣ 'ਤੇ ਲੱਗੇ ਰਹੀਏ ਆਪਣੇ ਹਿੱਸੇ ਦਾ ਇੱਕ ਦੀਵਾ ਬਾਲ ਦਈਏ ਕਿਉਂਕਿ ਇੱਕ ਯੁੱਗ ਨੂੰ ਜਿਹੜਾ ਉਹ ਹਨੇਰੇ ਦੀ ਮੌਤ ਹੁੰਦਾ ਹੈ ਇੱਕ ਦੀਵਾ ਜਿਹੜਾ ਉਹ ਹਨੇਰੇ ਨੂੰ ਹਰਾ ਦਿੰਦਾ ਹੈ ਇੱਕ ਦੀਵੇ ਦਾ ਚਾਨਣ ਜਿਹੜਾ ਉਹ ਦੱਸਦਾ ਹੈ ਕਿ ਲੋ ਹੈ ਉਹ ਆਪਣਾ ਆਲ ਦੁਆਲ ਵਿਖਾਉਂਦਾ ਹੈ ਸੋ ਨਵੀਆਂ ਕਲਮਾਂ ਨਵੀਂ ਉਡਾਨ ਸਾਡੀ ਜਿਹੜੀ ਲੈਲਪੁਰ ਦੀ ਟੀਮ ਹੈ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਖਾਸ ਕਰਕੇ ਮੈਂ ਸਮਝਦਾ ਕਿ ਸਾਡੇ ਇੱਥੋਂ ਪੰਜਾਬ ਵਿੱਚੋਂ 5 ਜ਼ਿਲ੍ਹਿਆਂ ਵਿੱਚੋਂ ਹੁਣ ਤੀਕਰ ਨਵੀਆਂ ਕਲਮਾਂ ਨਵੀਂ ਉਡਾਨ ਛੱਬੀ ਹੈ ਲੇਕਿਨ ਮੈਂ ਅਗਰ ਕਿਸੇ ਨੂੰ ਮਾਰਕਿੰਗ ਦਿਆਂਗਾ ਕਿ ਉਹ ਨੰਬਰ 1 ਨੰਬਰ 2 ਨੰਬਰ 3 ਤੇ ਕਿਹੜਾ ਤੇ ਨੰਬਰ 1 ਦੇ ਉੱਤੇ ਲੈਨ ਹੋ ਰਹੀ ਹੈ ਸੋ ਕਿਉਂਕਿ ਹੋਰ ਸਾਡੇ ਸ਼ਾਇਰ ਵੀ ਆਉਣੇ ਸ਼ੁਰੂ ਹੋ ਜਾਣੇ ਮੈਂ ਕਹਾਂਗਾ ਕਿ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਉਹਨਾਂ ਨੂੰ ਮੈਡਲ ਵੀ ਮਿਲਣੇ ਨੇ ਸਰਟੀਫਿਕੇਟ ਵੀ ਮਿਲਣੇ ਨੇ ਅਤੇ ਉਹ ਬੱਚਿਆਂ ਨੂੰ ਯਕੀਨੀ ਤੌਰ 'ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਆਏ ਨੇ ਕੁਛ ਪੇਰੈਂਟਸ ਤੋਂ ਬਗੈਰ ਵੀ ਨੇ ਅਤੇ ਉਹਨਾਂ ਨੂੰ ਜਿਹੜੇ ਮੈਡਲਸ ਔਰ ਸਰਟੀਫਿਕੇਟਸ ਜਿਹੜੇ ਨੇ ਉਹ ਇਸ ਤਕਰੀਬ ਦੇ ਦੌਰਾਨ ਅਸੀਂ ਜ਼ਰੂਰ ਦਿਆਂਗੇ ਨਾਲ ਚਾਹ ਪਾਣੀ ਦਾ ਵੀ ਇੰਤਜ਼ਾਮ ਹੈ ਉਸ ਤੋਂ ਇਲਾਵਾ ਤੁਹਾਡੇ ਮਨੋਰੰਜਨ ਵਾਸਤੇ ਮਿਊਜ਼ਿਕ ਸਾਡਾ ਜਿਹੜਾ ਦੇਸੀ ਮਿਊਜ਼ਿਕ ਹੈ ਢੋਲ ਢੋਲ ਅਤੇ ਗਾਣਾ ਉਹਦਾ ਵੀ ਬੰਦੋਬਸਤ ਕੀਤਾ ਹੋਇਆ ਹੈ ਸਿਰਫ ਇਸੇ ਗੱਲ ਨਾਲ ਮੈਂ ਇਜਾਜ਼ਤ ਚਾਹਾਂਗਾ ਕਿ ਸੈਯਦ ਉਰਾਨ ਦੀ ਇੱਕ ਨਜ਼ਮ ਹੈ ਕਿ ਬਾਲਾ ਨਾਲ ਅੰਗਰੇਜ਼ੀ ਪਿਆ ਬੋਲਦਾ ਹੈ ਵਹੁਟੀ ਨਾਲ ਹੈ ਉਰਦੂ 'ਚ ਗੱਲ ਕਰਦਾ ਮਾਂ ਬੋਲੀ ਦੇ ਸ਼ੌ ਨੂੰ ਲਾ ਡੱਕਾ ਛੱਪੜ ਦੂਜਿਆਂ ਦੇ ਜਲ ਥਲ ਕਰਦਾ ਉਹ ਹੰਸ ਬਾਬੇ ਫਰੀਦ ਦਾ ਕਾਂ ਜੰਮੇ ਵੇਖੋ ਝੱਲਾ ਪੰਜਾਬੀ ਕੀ ਝੱਲ ਕਰਦਾ ਸੋ ਇਸੇ ਤਰ੍ਹਾਂ ਕਿ ਬਸ ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਕੱਲ੍ਹ ਨੂੰ ਕਵੇ ਨਾ ਕੋਈ ਜ਼ੁਬਾਨ ਵਾਲਾ ਬੇਜ਼ੁਬਾਨੀਆਂ ਤੇਰੀ ਜ਼ੁਬਾਨ ਕੋਈ ਨਹੀਂ ਬਹੁਤ ਮਿਹਰਬਾਨੀ ਸ਼ੁਕਰੀਆ